किसान भीरों सत श्री अकाल। हुण कणक दी फसल दे विच इक नवी दिक्कत आ रही है। कई थां तों फोन भी आई जांदे आ ते वैसे भी आपां वीडियो भी देखी जांदे आ वी कणक पीली पई जांदी है। कणक पीली पै जे टाकरे पीले हो जाण आपां नूं ऐ लगदा वी कासे दी घाट आ गई जां फिर इहदे च निमाटोड आ गया जड़ां दे विच। पर आपां देखीए तां आपां नूं नवी ही दिक्कत मिलदी है ਵੀ ਆਪਾਂ ਨੂੰ ਉਹਦੇ ਵਿੱਚ ਜੜਾਂ ਦੇ ਵਿੱਚ ਗੁਲਾਬੀ ਸੁੰਡੀ ਮਿਲਦੀ ਹੈ। ਤਾਂ ਇਹਦਾ ਆਪਾਂ ਕੀ ਇਲਾਜ ਕਰੀਏ, ਕਿਵੇਂ ਇਹਦਾ ਆਪਾਂ ਨੂੰ ਪਤਾ ਲੱਗੂਗਾ, ਉਸ ਬਾਰੇ ਅੱਜ ਗੱਲ ਕਰਦੇ ਹਾਂ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਐਂਡ ਤੱਕ ਪੂਰੀ ਜ਼ਰੂਰ ਦੇਖਿਓ ਅਤੇ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰ ਦਿਓ, ਕਿਉਂਕਿ ਤੁਹਾਡੇ ਲਾਈਕ ਅਤੇ ਕਮੈਂਟ ਨਾਲ ਵੀਡੀਓ ਦੀ ਰੀਚ ਵੱਧਦੀ ਹੈ। ਹੋਰ ਤਾਂ ਕੋਈ ਫਾਇਦਾ ਨਹੀਂ ਹੁੰਦਾ, ਪਰ ਤੁਹਾਡਾ ਕੁਛ ਨਹੀਂ ਲੱਗਦਾ ਇਹਦੇ 'ਚ। ਅਤੇ ਹੁਣ ਕਈ ਵਾਰੀ ਆਪਾਂ ਨੂੰ ਐਂ ਲੱਗਦਾ ਵੀ ਆਪਣੀ ਕਣਕ 'ਚ ਦੋਗੀਆਂ ਪੀਲੀਆਂ ਹੋ ਗਈਆਂ, ਜਾਂ ਇਹ ਦਿੱਕਤ ਆਉਂਦੀ ਹੈ ਜ਼ਿਆਦਾ ਖਾਲੇ ਵਾਲੀ ਸਾਈਡ, ਜਿੱਥੇ ਖਾਲੇ 'ਚ ਪਾਣੀ ਚੱਲਦਾ ਰਹਿੰਦਾ ਉਸ ਸਾਈਡ ਨਾਲ ਨਾਲ ਜ਼ਿਆਦਾ ਦਿੱਕਤ ਆਉਂਦੀ ਹੈ, ਵੀ ਕਣਕ ਖੱਟੀ ਜਿਹੀ ਹੋ ਜਾਂਦੀ ਹੈ, ਆਪਾਂ ਨੂੰ ਐਵੇਂ ਲੱਗਦਾ ਕੋਈ ਰੋਗ ਆ ਗਿਆ। ਪਰ ਜਿਵੇਂ ਹੀ ਆਪਾਂ ਉਹਨੂੰ ਕਣਕ ਨੂੰ ਪੱਟ ਕੇ ਦੇਖਾਂਗੇ ਤਾਂ ਉਹ ਕਣਕ ਪੱਟੀ ਦੀ ਨਹੀਂ, ਉਹ ਤੋਂ ਟੁੱਟ ਜੂਗੀ, ਅਤੇ ਟੁੱਟ ਕੇ ਵਿੱਚੋਂ ਆਪਾਂ ਦੇਖਾਂਗੇ ਵੀ ਪੂਰੀ ਮੋਟੀ ਗੁਲਾਬੀ ਸੁੰਡੀ ਨਿਕਲਦੀ ਹੈ। ਵੈਸੇ ਤਾਂ ਗੁਲਾਬੀ ਸੁੰਡੀ ਹੁੰਦੀ ਹੈ ਥੋੜ੍ਹੀ ਜਿਹੀ ਪਤਲੀ ਬਰੀਕ ਜਿਹੀ ਹੁੰਦੀ ਹੈ, ਪਰ ਅੱਜ ਕੱਲ੍ਹ ਪਤਾ ਨਹੀਂ ਕਿਹੜੀ ਖੁਰਾਕ ਲੱਗਦੀ ਹੈ ਇਹਨੂੰ ਫੁੱਲ ਮੋਟੀ ਹੋ ਜਾਂਦੀ ਹੈ। ਇਹ ਜਿਵੇਂ ਇਸ ਵਾਰੀ ਨਰਮੇ 'ਚ ਵੀ ਟਿੰਡਿਆਂ 'ਚ ਫੁੱਲ ਮੋਟੀ ਗੁਲਾਬੀ ਸੁੰਡੀ ਆਪਾਂ ਦੇਖੀ ਸੀ, ਅਤੇ ਇਹ ਆਪਣੇ ਵੀ ਪਿਛਲੇ ਸਾਲ ਆਇਆ ਸੀ, ਆਈ ਸੀ ਦਿੱਕਤ, ਇਸ ਵਾਰੀ ਤਾਂ ਨਹੀਂ ਆਈਗੀ ਹਲੇ ਤਾਈਂ। ਬਾਕੀ ਮੋਨੀਟਰਿੰਗ ਬਹੁਤ ਜ਼ਰੂਰੀ ਹੈ, ਵੀ ਆਪਾਂ ਨੂੰ ਗੇੜਾ ਮਾਰਦੇ ਰਹਿਣਾ ਚਾਹੀਦਾ ਵੀ ਕੋਈ ਇਹੋ ਜਿਹੀ ਦਿੱਕਤ ਲੱਗੇ ਤਾਂ ਆਪਾਂ ਉਹਦਾ ਹੱਲ ਕਰ ਲਈਏ। ਅਤੇ ਆਪਣੇ ਵੀ ਖਾਲ ਦੇ ਨਾਲ ਨਾਲ ਹੀ ਦਿੱਕਤ ਆਈ ਸੀ, ਕਿਉਂਕਿ ਦੂਸਰੇ ਪਾਸੇ ਸਰੋਂ ਸੀ, ਉਹਨੂੰ ਪਾਣੀ ਪੂਣੀ ਲਾਉਂਦੇ ਸੀ, ਖਾਲ 'ਚ ਪਾਣੀ ਰਹਿੰਦਾ ਸੀ, ਕਿਉਂ ਪਾਣੀ ਜਿੱਥੇ ਹੁੰਦਾ ਉਹ ਕੁਛ ਦੂਰ ਤਾਂ ਹੀ ਉਹਦੀ ਗਰਮੈਸ਼ ਰਹਿੰਦੀ ਹੈ, ਵੀ ਆਪਣੇ ਪਾਲਾ ਜੰਮਦਾ ਹੈ, ਠੰਡ ਹੁੰਦੀ ਹੈ ਤਾਂ ਪਾਣੀ ਦੀ ਜਿਹੜੀ ਭਾਫ ਉੱਡਦੀ ਹੈ ਉਹਦੇ ਨਾਲ ਗਰਮੈਸ਼ ਰਹਿੰਦੀ ਹੈ, ਤਾਂ ਕਰਕੇ ਜਿੰਨੇ ਏਰੀਏ ਦੇ ਵਿੱਚ ਉਹ ਗਰਮੈਸ਼ ਰਹਿੰਦੀ ਹੈ ਘੱਟ ਟੈਂਪਰੇਚਰ 'ਚ ਐਕਟਿਵ ਨਹੀਂ ਹੁੰਦੀ ਗੀ ਗੁਲਾਬੀ ਸੁੰਡੀ, ਪਰ ਜਿੱਥੇ ਟੈਂਪਰੇਚਰ ਥੋੜ੍ਹਾ ਜਿਹਾ ਇਹਨੂੰ ਸਹੀ ਮਿਲ ਜਾਂਦਾ ਤਾਂ ਇਹ ਐਕਟਿਵ ਹੋ ਜਾਂਦੀ ਹੈ, ਤਾਂ ਆਪਣਾ ਨੁਕਸਾਨ ਵੀ ਜ਼ਿਆਦਾ ਹੋ ਜਾਂਦਾ। ਅਤੇ ਇਹੀ ਹੈ, ਜੇ ਤੁਸੀਂ ਛੱਟੀਆਂ ਵਿੱਚ ਵਾਹੀਆਂ ਨਰਮੇ ਵਾਲੀਆਂ ਜਾਂ ਫਿਰ ਝੋਨੇ ਵਾਲੀ ਪਰਾਲੀ ਵਿੱਚ ਹੈਗੀ ਹੈ ਉੱਥੇ ਜ਼ਿਆਦਾ ਦਿੱਕਤ ਆਉਂਦੀ ਹੈ, ਬਾਕੀ ਵੀ ਆਪਾਂ ਨੂੰ ਦੇਖਦੇ ਰਹਿਣਾ ਚਾਹੀਦਾ। ਅਤੇ ਇਹਦਾ ਹੱਲ ਕੀ ਕਰ ਸਕਦੇ ਹਾਂ, ਕਈ ਜ਼ਿਮੀਂਦਾਰ ਤਾਂ ਇਹਦਾ ਮੰਨ ਕੇ ਚੱਲੋ ਜਦੋਂ ਯੂਰੀਆ ਪਾਉਂਦੇ ਆ ਯੂਰੀਆ ਨਾਲ ਰਲਾ ਕੇ ਅਤੇ ਦਾਣੇਦਾਰ ਜ਼ਹਿਰ ਸਿੱਟੀ ਜਾਂਦੇ ਆ, ਉਹ ਵੀ ਚਲੋ ਠੀਕ ਆ, ਉਹਦੇ ਨਾਲ ਵੀ ਗੁਲਾਬੀ ਸੁੰਡੀ ਮਰ ਜਾਂਦੀ ਹੈ। ਉਹ ਕੋਈ ਵੀ ਕੋਂਬੀਨੇਸ਼ਨ ਅਲੱਗ ਅਲੱਗ ਬਾਜ਼ਾਰ 'ਚ ਆ ਰਹੇ ਹੈ, ਉਵੇਂ ਕੋਈ ਲੈਮਡਾ ਦਾ, ਕੋਈ ਕਲੋਰੋ ਦਾ, ਕੋਈ ਕਿਵੇਂ ਵੀ ਹੈਗਾ। ਅਤੇ ਜਾਂ ਫਿਰ ਆਪਾਂ ਜਿਹੜੀ ਕੀਤੀ ਸੀ ਪਿਛਲੀ ਵਾਰੀ ਵਧੀਆ ਰਿਜ਼ਲਟ ਮਿਲਿਆ ਸੀ, ਆਪਾਂ ਐਮਾਮੈਕਟਿਨ ਬੈਂਜੋਇਟ ਜਾਂ ਪ੍ਰੋਕਲੇਮ ਦੇ ਨਾਮ ਤੋਂ ਜਿਹੜੀ ਦਵਾਈ ਮਸ਼ਹੂਰ ਹੈ, ਅਤੇ ਉਹ ਦਵਾਈ ਆ ਟੋਕਣ ਦੇ ਨਾਮ ਤੋਂ ਜ਼ਿਆਦਾ ਮਸ਼ਹੂਰ ਹੈ ਇਹ ਦਵਾਈ, ਉਹ ਆਪਾਂ ਕੀਤੀ ਸੀਗੀ। ਮੈਨੂੰ ਲੱਗਦਾ 0.5% ਡੋਜ਼ ਹੁੰਦੀ ਹੈ ਇਹਦੀ, ਵੀ 1 ਲੀਟਰ ਪਾਣੀ 'ਚ 0.5 ਗ੍ਰਾਮ ਹੁੰਦਾ ਹੈ, ਵੀ 100 ਲੀਟਰ ਪਾਣੀ ਦੀ 50 ਗ੍ਰਾਮ ਪੈਂਦੀ ਹੈ। ਅਤੇ ਇਹ ਆਪਾਂ ਢੋਲਕੀ ਨਾਲ ਕਰਤੀ ਸੀ, ਆਪਾਂ ਉਹ ਦੋਗੀਆਂ 'ਤੇ ਕਰੀ ਸੀਗੀ, ਅੱਗੇ ਵੀ ਨਹੀਂ ਕਰੀ ਸੀ ਖਾਲ ਦੇ ਨੇੜੇ, ਅਤੇ ਉੱਥੇ ਹੀ ਗੁਲਾਬੀ ਸੁੰਡੀ ਮੰਨ ਕੇ ਚੱਲੋ ਖਤਮ ਹੋ ਗਈ ਸੀ, ਅਤੇ ਆਪਣੀ ਜਿਹੜੀ ਕਣਕ ਹੈ ਉਹ ਹਰੀ ਹੋ ਗਈ ਸੀ। ਤਾਂ ਤੁਸੀਂ ਵੀ ਐਵੇਂ ਕਰ ਸਕਦੇ ਹੋ, ਜੇ ਜ਼ਿਆਦਾ ਏਰੀਏ ਦੇ ਵਿੱਚ ਹੈ ਫਿਰ ਤਾਂ ਸਾਰੀ ਕਣਕ 'ਤੇ ਕਰ ਦਿਉ ਐਮਾਮੈਕਟਿਨ ਬੈਂਜੋਇਟ ਜਾਂ ਟੋਕਣ ਜਾਂ ਫਿਰ ਪ੍ਰੋਕਲੇਮ ਕਹਿ ਸਕਦੇ ਹੋ ਤੁਸੀਂ। ਅਤੇ ਜੇ ਥੋੜ੍ਹੀ ਜਗ੍ਹਾ 'ਤੇ ਦੋਗੀਆਂ 'ਚ ਹੈਗੀ ਹੈ, ਇੱਕ ਸਾਈਡ 'ਤੇ ਹੈਗੀ ਹੈ, ਤਾਂ 19-19 ਜਗ੍ਹਾ 'ਤੇ ਕਰ ਦਿਉ, ਤਾਂ ਵੀ ਕੋਈ ਚੱਕਰ ਵਾਲੀ ਗੱਲ ਹੈ ਨਹੀਂ, ਵੀ ਸਾਰੀ ਸਪਰੇ ਸਾਰੀ ਆਪਣੀ ਕਣਕ 'ਤੇ ਕਰਨਾ ਹੀ ਪਊ, ਮੋਨੀਟਰਿੰਗ ਰੱਖਿਓ ਅਤੇ ਆਪਣਾ ਹੱਲ ਇਹਦੇ ਨਾਲ ਹੋ ਜੂਗਾ। ਅਤੇ ਜਿਹੜਾ ਆਪਾਂ ਦਾਣੇਦਾਰ ਜੇ ਯੂਰੀਆ ਦੇ ਵਿੱਚ ਮਿਲਾ ਕੇ ਪਾਉਂਦੇ ਹਾਂ ਉਹਦਾ ਥੋੜ੍ਹਾ ਜਿਹਾ ਖਰਚਾ ਜ਼ਿਆਦਾ ਪੈ ਜਾਂਦਾ, ਇਹ ਸਸਤੀ ਪੈਂਦੀ ਹੈ। ਬਾਕੀ ਇਹਦਾ ਐਵੇਂ ਹੈ ਨਹੀਂ ਗਾ ਵੀ ਮਰਦੀ ਨਹੀਂ ਗੀ, ਉਹ ਤਾਂ ਨਰਮੇ 'ਚ ਤਾਂ ਅਲੱਗ ਕੰਡੀਸ਼ਨਾਂ ਹੁੰਦੀਆਂ, ਪਰ ਅੱਜ ਕੱਲ੍ਹ ਇਹ ਇੱਕ ਸਪਰੇ ਨਾਲ ਹੀ, ਕਿਉਂਕਿ ਜਿਹੜੀ ਐਮਾਮੈਕਟਿਨ ਬੈਂਜੋਇਟ ਸਾਲਟ ਜਿਹੜਾ ਹੈਗਾ ਇਹ ਟੈਕਨੀਕਲ ਹੈ, ਇਹ ਘੱਟ ਟੈਂਪਰੇਚਰ ਦੇ ਵਿੱਚ ਬਹੁਤ ਇਫੈਕਟਿਵ ਹੈ, ਵੀ ਘੱਟ ਜਦੋਂ ਟੈਂਪਰੇਚਰ ਹੁੰਦਾ ਜਾਂ ਠੰਡ ਹੁੰਦੀ ਹੈ ਉਦੋਂ ਮੈਨੂੰ ਨਹੀਂ ਲੱਗਦਾ ਵੀ ਇਦੋਂ ਵਧੀਆ ਕੋਈ ਟੈਕਨੀਕਲ ਹੋਊਗਾ ਜਿਹੜਾ ਵੀ ਸੁੰਡੀ ਨੂੰ ਮਾਰ ਸਕੇ। ਤਾਂ ਇਹ ਜੇ ਸਪਰੇ ਆਪਾਂ ਕਰਾਂਗੇ ਤਾਂ ਉਹਦਾ ਵਧੀਆ ਲੰਮਾ ਰਿਜ਼ਲਟ ਮਿਲੂਗਾ, ਕਿਉਂਕਿ ਜ਼ਿਆਦਾ ਠੰਡ ਪੈਣ ਲੱਗ ਜਾਂਦੀ ਫਿਰ ਤਾਂ ਇਹ ਜਮ੍ਹਾਂ ਹੀ ਡੀਐਕਟੀਵੇਟ ਹੀ ਹੋ ਜਾਂਦੀ ਹੈ, ਅਤੇ ਹੁਣ ਹੀ ਹੈਗਾ ਕੋਈ 10-15 ਦਿਨ ਆਪਾਂ ਨੂੰ ਇਹਦਾ ਅਟੈਕ ਦੇਖਣ ਨੂੰ ਮਿਲ ਸਕਦਾ।
ਤਾਂ ਕਰਕੇ ਜੇ ਇੰਨੀ ਕੁ ਆਪਾਂ ਸਾਵਧਾਨੀ ਰੱਖ ਲਈ, ਇੰਨੀ ਕੁ ਆਪਾਂ ਮੋਨੀਟਰਿੰਗ ਰੱਖ ਲਈ ਆਪਣੇ ਕਣਕ 'ਤੇ, ਤਾਂ ਆਪਾਂ ਨੂੰ ਇਹ 10 ਦਿਨ ਆਪਣੇ ਲੰਘ ਜਾਣਗੇ ਅਤੇ ਆਪਾਂ ਇਹਦੇ ਹਮਲੇ ਤੋਂ ਬਚ ਸਕਦੇ ਹਾਂ। ਕਿਉਂਕਿ ਆਪਾਂ ਨੂੰ ਜਦੋਂ ਕਣਕ ਪੀਲੀ ਹੋ ਜਾਂਦੀ ਐਵੇਂ ਲੱਗਦਾ ਵੀ ਇਹਦੇ 'ਚ ਤਾਂ ਜੜ੍ਹਾਂ 'ਚ ਨਿੰਮਾਟੋਡ ਆ ਗਿਆ, ਜਾਂ ਫਿਰ ਇਹਦੇ 'ਚ ਜ਼ਿੰਕ ਦੀ ਕਮੀ ਆ ਗਈ ਜਾਂ ਮੈਗਨੀਜ਼ ਦੀ ਕਮੀ ਆ ਗਈ ਜਾਂ ਯੂਰੀਆ ਘੱਟ ਪਈ ਆਪਣੇ ਤੋਂ ਜਾਂ ਪਈ ਨਹੀਂ ਦੋਗੀ ਰਹਿ ਗਈ, ਆਪਾਂ ਇਹ ਦਿਮਾਗ ਲਾਉਣੇ ਆ। ਤਾਂ ਇਹਦੇ ਨਾਲ ਨਾਲ ਤੁਸੀਂ ਇਹ ਵੀ ਦਿਮਾਗ ਲਾਇਓ, ਜੇ ਤੁਹਾਡੀ ਕਣਕ ਪੀਲੀ ਹੈ ਤਾਂ ਉਹਨੂੰ ਪੱਟ ਕੇ ਜ਼ਰੂਰ ਦੇਖਿਓ, ਕਿਉਂਕਿ ਜਿਹੜੀ ਦੇ ਵਿੱਚ ਗੁਲਾਬੀ ਸੁੰਡੀ ਹੋਊਗੀ ਉਹ ਪੱਟੀ ਦੀ ਨਹੀਂ, ਕਣਕ ਉੱਤੋਂ ਟੁੱਟ ਜਾਂਦਾ ਹੈ ਵੀ ਜੜ੍ਹ ਥੱਲੇ ਰਹਿ ਜਾਂਦੀ ਹੈ, ਉੱਪਰੋਂ ਬੂਟਾ ਅਲੱਗ ਹੋ ਜਾਂਦਾ ਹੈ। ਤਾਂ ਠੀਕ ਹੈ ਕਿਸਾਨ ਵੀਰੋ, ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ 'ਤੇ ਬਣੇ ਰਹੋ। ਧੰਨਵਾਦ।